2018 ਨੂੰ ਆਰੋਪ ਉਹਨਾਂ ਨੇ ਲਗਾਇਆ ਸੀ, ਉਹਨਾਂ ਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਉਹ ਮੰਨਣ ਲਈ ਤਿਆਰ ਨਹੀਂ, ਇਸ ਕਰਕੇ ਜੋ ਵੀ ਉਹਨਾਂ ਨੂੰ ਚੰਗਾ ਲੱਗੇ ਉਹ ਕਰ ਸਕਦੇ। ਨਹੀਂ ਨਹੀਂ ਤੁਸੀਂ ਵਾਕਈ ਬਾਹਰੋਂ ਆਏ ਹੋ, ਇਹ ਇਸ ਗੱਲ ਦਾ ਪ੍ਰੂਫ ਹੈ। ਮੈਂ ਉਹਨਾਂ ਨੂੰ ਇਹ ਗੱਲ ਪ੍ਰੂਫ ਕਰਨ ਨੂੰ ਕਿਹਾ ਸੀ, ਬਟ ਉਹ ਕਹਿੰਦੇ ਤੁਸੀਂ ਨਹੀਂ, ਤੁਹਾਡੇ ਤੇ ਪਰਚਾ ਹੋ ਰਿਹਾ ਹਨਾ, ਪਰਚਾ ਹੋ ਰਿਹਾ। ਮੈਂ ਉਹਨਾਂ ਨੂੰ ਕਿਹਾ ਪ੍ਰੂਫ ਕਰਨ ਲੱਗਿਆ ਵੀ ਟਾਈਮ ਲੱਗਦਾ, ਪਾਸਪੋਰਟ ਹੈਗਾ ਤੁਹਾਡੇ, ਤੁਸੀਂ ਪੀਆਰ ਹੈ? ਮੈਂ ਜੀ ਉਹਨਾਂ ਨੂੰ ਕਿਹਾ ਸੀ ਸਾਰੇ ਡਾਕੂਮੈਂਟ ਦਵਾਂ, ਅਸੀਂ ਜਿਹੜੀ ਤਰ੍ਹਾਂ ਹੈ, ਮੈਂ ਪੀਆਰ ਹੈਗੀ ਹੈ, ਬਟ ਜੀ ਇਹ ਮੇਰੇ ਫਿਰ ਨਹੀਂ ਹੈ। ਰਿਸ਼ਤੇਦਾਰੀ ਚ ਮੁੰਡਾ ਸਮਾਂ ਦੀ ਮੈਰਿਜ ਨੂੰ 1.5 ਸਾਲ ਹੋ ਗਿਆ। ਕਿੰਨੇ ਪੈਸੇ ਆ ਤੁਸੀਂ ਹੁਣ ਇਹਨਾਂ ਤੋਂ? ਕਿੰਨੇ ਪੈਸੇ ਲਏ ਸੀਗੇ ਇਹਨਾਂ ਦੇ? ਪੈਸੇ ਦਾ ਮੈਨੂੰ ਨਹੀਂ ਪਤਾ ਜੀ, ਘਰਦਿਆਂ ਦੀ ਤੇ ਵਿਚੋਲਿਆਂ ਦੀ ਗੱਲ। ਨਹੀਂ ਤੁਹਾਡੇ ਨਾਲ ਉਹ ਕਹਿ ਰਹੇ ਨੇ, ਤੁਹਾਡੇ ਖਾਤੇ ਦੇ ਵਿੱਚ ਪੈਸੇ? ਮੇਰੇ ਖਾਤੇ 'ਚ ਗਏ ਨੀ ਜੀ, ਤੁਸੀਂ ਡਾਕੂਮੈਂਟ ਦੇਖ ਸਕਦੇ। ਤੁਹਾਡੇ ਪਰਿਵਾਰ ਦੇ ਖਾਤੇ 'ਚ ਗਏ ਨੇ? ਹਾਂਜੀ, ਪਰਿਵਾਰ ਦੇ 'ਚ ਗਏ। ਤੁਸੀਂ ਕਹਿ ਰਹੇ ਸੀ ਮੈਨੂੰ ਕਿਹਾ ਜੀ ਸਾਨੂੰ ਜਾਂ ਤਾਂ ਲਿਖਾ ਦਿਓ ਕਚਹਿਰੀ 'ਚ ਜਾਂ ਸ਼ਿਓਰਟੀ ਦੇ ਦਿਓ। ਅਸੀਂ ਉਹ ਫਿਰ ਉਹਨੂੰ, ਅਸੀਂ ਉਹਨੂੰ ਕਿਹਾ ਜੀ ਤੁਹਾਨੂੰ ਚੈੱਕ ਦੇ ਦਈਏ, ਉਹ ਕਹਿੰਦੇ ਇਹ ਵੀ ਵਧੀਆ ਸੀ ਕਚਹਿਰੀ, ਸਾਡੇ ਕੋਲ ਜਾਣ ਦਾ ਟਾਈਮ ਹੈ ਨਹੀਂ, ਕਿਦਾਂ ਥੋੜੇ ਕਰਕੇ ਉਹ ਦੇ ਦਿਓ। ਤੁਸੀਂ 30 ਲੱਖ ਰੁਪਇਆ ਮੰਗਿਆ ਸੀ? ਡਿਮਾਂਡ ਸਾਡੀ ਨਹੀਂ 30 ਲੱਖ ਦੀ ਸੀ ਜੀ, ਸਾਨੂੰ ਵਿਚੋਲਿਆਂ ਨੇ ਕਹਿ ਕੇ ਕਿ ਤੁਸੀਂ ਡਿਮਾਂਡ ਕਰ ਲਓ, ਕਿਉਂਕਿ ਪਹਿਲੇ ਦਿਨ ਜਦੋਂ ਮੈਂ ਰਿਸ਼ਤਾ ਵਿਆਹ ਕਰਵਾਉਣ ਨਹੀਂ ਆਈ ਸੀ, ਜਦੋਂ ਰਿਸ਼ਤੇ ਦੀ ਗੱਲ ਹੋਈ ਆ ਉਦੋਂ 1 ਰੁਪਿਆ ਡਿਮਾਂਡ ਨਹੀਂ ਸੀ। ਬਾਹਰ ਕਿੰਨਾ ਚਿਰ ਰਹਿ ਗਏ? ਮੈਂ ਉੱਥੇ ਜੀ ਸਾਰਾ ਸਾਡੇ ਨਾਲ ਕੀਤਾ ਜੀ। ਕਿੰਨੇ ਪੈਸੇ ਲਏ ਨੇ? ਸਾਤੋਂ ਲੈ ਗਏ ਜੀ 30 ਲੱਖ ਰੁਪਏ। ਲੜਕੀ ਵਾਲੇ ਕਿੱਥੋਂ ਦੇ ਸੀ? ਲੜਕੀ ਵਾਲੇ ਫਰੀਦਕੋਟ ਦੇ। ਕੀ ਦੱਸਿਆ ਕੀ ਤੁਹਾਨੂੰ? ਝਾੜੀ ਵਾਲੇ, ਉਹ ਕਹਿੰਦੇ ਕੁੜੀ ਬਾਹਰੋਂ ਆਈ ਹੋਈ ਹੈ, ਪੀਆਰ ਆ ਕੈਨੇਡਾ 'ਚ, ਨੈਣੀ ਦਾ ਕੋਰਸ ਕਰਕੇ ਗਈ ਆ ਜੀ, ਅੱਗੇ 2 ਸਾਲ ਹੋ ਗਏ ਗਈ ਨੂੰ। ਬਾਅਦ 'ਚ ਹੁਣ ਜਦੋਂ ਪੇਪਰ ਵਗੈਰਾ ਚੈੱਕ, ਅਸੀਂ ਕਿਹਾ ਵੀ ਪੇਪਰ ਦਿਓ ਸਾਨੂੰ, ਚੈੱਕ ਕਰਾਉਣੇ ਆ, ਪੇਪਰ ਦਿੰਦੇ ਨਹੀਂ ਜੀ, ਅੱਜ ਦਿੰਦੇ ਹਾਂ, ਕੱਲ੍ਹ ਨੂੰ ਦਿੰਦੇ ਹਾਂ, ਅੱਜ ਦਿੰਦੇ, ਲਾਰੇ ਲਾਈ ਗਏ। ਜਿਹੜੇ ਇਹਨਾਂ ਨੇ ਪਹਿਲਾਂ ਸਾਨੂੰ ਫੋਨ 'ਤੇ ਦਿਖਾਈ ਸੀ ਫੋਟੋ ਜੀ, ਉਹ ਜਦੋਂ ਅਸੀਂ ਚੈੱਕ ਕਰਾਈ ਉਹ ਕਹਿੰਦੇ ਤਾਂ ਡੈਟ ਕੀਤੇ ਹੋਏ ਕਿਸੇ ਦੇ ਨਾਂ ਦੇ, ਹੋਰ ਜਾਲ ਹੀ ਆ ਜੀ ਸਾਰੇ। ਮੈਰਿਜ ਹੋਈ ਨੂੰ ਕਿੰਨਾ ਟਾਈਮ ਹੋਇਆ ਸੀ? ਕਿੰਨਾ ਚਿਰ ਹੋ ਗਿਆ? ਕਿੰਨੇ ਟਾਈਮ ਬਾਅਦ ਪਤਾ ਲੱਗ ਗਿਆ? 17 ਤਰੀਕ ਦੀ ਮੈਰਿਜ ਆ ਜੀ। ਤੁਹਾਡੇ ਨਾਲ ਪਹਿਲਾਂ ਵਿਆਹ ਹੋਇਆ ਸੀਗਾ? ਵਿਆਹ ਹੋਏ ਤੋਂ ਬਾਅਦ ਪਤਾ ਲੱਗਿਆ ਆਹੀ 17 ਤਰੀਕ ਦੀ ਮੈਰਿਜ। ਪਹਿਲਾਂ ਨੇ ਕੋਈ ਡਾਕੂਮੈਂਟ ਚੈੱਕ ਕੀਤਾ? ਡੁਪਲੀਕੇਟ ਹੀ ਸੀਗੇ ਵੀਰੇ ਜਿਹੜੇ ਇਹਨਾਂ ਨੇ ਭੇਜੇ ਸੀਗੇ। ਕੁੜੀ ਦੇ ਪਹਿਲਾਂ ਹੋਰ ਵੀ ਕੋਈ ਵਿਆਹ ਹੋਇਆ? 7 ਹਫ਼ਤੇ 'ਚ ਵਿਆਹ ਹੋ ਗਿਆ, ਕਹਿੰਦੇ ਸਾਨੂੰ ਤਾਂ ਛੇਤੀ ਚਾਹੀਦਾ, ਕੁੜੀ ਦਾ ਟਾਈਮ ਥੋੜਾ ਰਹਿੰਦਾ ਸੀ, ਯਕੀਨ ਕਰਕੇ ਜੀ ਵੀ ਛੁੱਟੀਆਂ, ਛੁੱਟੀ ਥੋੜੀ ਹੈ ਬਿਲਕੁਲ ਫਰੋਡ ਤੇ ਬਾਹਰ ਜਾ ਕੇ ਵੀ ਆਈ ਹੈ। ਫਰੋਡ ਆ ਜੀ ਬਿਲਕੁਲ ਫਰੋਡ। ਪਹਿਲਾਂ ਵੀ ਇਹਦਾ 1 ਵਾਰੀ ਛਗਣ ਪਿਆ ਜੀ, 1 ਵਾਰੀ ਵਿਆਹ ਹੋਇਆ ਹੋਇਆ, ਉਹ ਫੋਟੋਆਂ ਪਈਆਂ ਜਾਵੇ। ਅੱਜ ਥਾਣੇ ਕਿਸ ਤਰ੍ਹਾਂ ਤੁਸੀਂ ਲੈ ਕੇ ਆਏ? ਇਹ ਮੈਂ ਨਹੀਂ ਕਰੀ, ਦੁੱਖ ਬਹੁਤ ਜ਼ਿਆਦਾ ਹੋ ਗਿਆ। ਕਿਸ ਤਰ੍ਹਾਂ ਹੋਇਆ ਜੀ ਦੱਸੋ ਜੀ? ਇਹਨਾਂ ਨੇ ਜਿੱਦੇ ਦੇਖਣ ਆਏ ਆ, ਪਹਿਲਾਂ ਕੁੜੀ ਦਿਖਾਤੀ ਆ, ਕਹਿੰਦੇ ਸਾਨੂੰ ਠੀਕ ਆ, ਦੂਜੇ ਦਿਨ ਕਹਿੰਦੇ ਤੁਸੀਂ ਅਸੀਂ ਦੇਖਣ ਆਵਾਂਗੇ, ਆਉਣ ਸਾਰੀ ਇਹਨਾਂ ਨੇ ਗਾਨਾ ਬੰਨ ਕੇ ਕਹਿੰਦੇ ਠੀਕ ਆ, ਪਰਸੋਂ ਰਿੰਗ ਸਰਮਨੀ ਆ, ਵੀ ਮੌਕਾ ਦਿੱਤਾ ਹੀ ਨਹੀਂ ਉਹਨਾਂ ਨੇ ਚੈੱਕ ਕਰਨ ਦਾ ਕਿਸੇ ਨੂੰ ਪੁੱਛ ਦੱਸ ਕਰਨ। ਵਿਆਹ ਹੋਏ ਨੂੰ ਕਿੰਨਾ ਚਿਰ ਹੋ ਗਿਆ ਜੀ? 17 ਤਰੀਕ ਦੇ ਗਿਆ ਜੀ। ਠੀਕ ਹੈ, ਕਿੰਨੇ ਪੈਸੇ ਕਿੰਨੇ ਦਿੱਤੇ ਜੀ ਤੁਸੀਂ? 30 ਲੱਖ ਦਿੱਤਾ ਵਾ ਜੀ। ਕੀ ਦੱਸਿਆ ਕੀ ਗਿਆ ਸੀ ਤੁਹਾਨੂੰ? ਦੱਸਿਆ ਗਿਆ ਸੀ ਵੀ ਕੁੜੀ ਪੱਕੀ ਗਈ ਵੀ ਆ, ਪੱਕੇ ਬੇਸ ਪੀਆਰ ਦੇ ਬੇਸ ਤੇ ਗਈ ਵੀ ਆ, ਨੈਣੀ ਦਾ ਕੋਰਸ ਕਰਕੇ ਗਈ ਵੀ ਆ। ਅੱਛਾ ਜੀ, ਤੇ ਹੁਣ ਕੀ ਪਾਸਪੋਰਟ ਵਗੈਰਾ ਚੈੱਕ ਨਹੀਂ ਕੀਤਾ ਦੁਕਾਨ ਤੇ? ਦਿਖਾਉਂਦੇ ਨਹੀਂ ਜੀ, ਹੁਣ ਵੀ ਅਸੀਂ 3 ਦਿਨ ਹੋ ਕੇ ਕਹੀ ਜਾਂਦੇ ਨੂੰ, ਪੂਰਾ ਸਾਨੂੰ ਹਫ਼ਤਾ ਹੋ ਗਿਆ ਇਹ ਤੱਕ। ਤੇ ਹੁਣ ਪੁਲਿਸ ਨੂੰ ਕੀ ਕਿਹਾ ਤੁਸੀਂ? ਪੁਲਿਸ ਕੀ ਕਰ ਰਹੀ ਹੈ? ਪੁਲਿਸ ਨੂੰ ਫਿਰ ਅਸੀਂ ਤਰਖਾਸਤ ਦਿੱਤੀ ਵੀ ਜੇ ਇੱਥੋਂ ਚਲੇ ਗਏ ਸਾਡੇ ਤੇ ਖਬਰਾਂ ਕੀ ਪਰਚਾ ਬਣਾਉਣਗੇ, ਮੁੜ ਕੇ ਜਾ ਕੇ ਵੀ ਹੋਵੇ ਨਾ ਤਾਂ ਅਸੀਂ ਇੱਥੇ ਹੀ ਪੁੱਛ ਦੱਸ ਕਰਾ ਲਈਏ। ਪੁੱਛ ਗਏ ਚੱਲ ਜੀ, ਪੁੱਛ ਗਏ ਸਵਾਸਤੀ ਜੋ ਵੀ ਕਹਿ ਰਹੇ ਆ ਜੀ ਗੁਰਦੁਆਰਾ ਸਾਹਿਬ ਰੱਖਾਂਗੇ, ਅਸੀਂ ਰੱਖ ਦਾਂਗੇ ਚੱਕ ਮੇਰੀ ਗੱਲ ਸੁਣੋ, ਜੋ ਵੀ ਹੈ ਨਾ, ਹਾਂ ਇਹ ਕਹਿੰਦੇ ਨਾ ਫਰੋਡ ਕੀਤਾ, ਹਾਂ ਚਲੋ ਫਰੋਡ ਕੀਤਾ ਮੰਨ ਲਿਆ। ਕਿੰਨੇ ਪੈਸੇ ਲਏ ਤੁਸੀਂ ਟੋਟਲ? 20-25 ਲੱਖ 25 ਹਜ਼ਾਰ ਰੁਪਏ। ਬਾਹਰ ਭੇਜਣ ਦੀ ਕਿਸ ਤਰ੍ਹਾਂ?
ਹਾਂਜੀ ਇਹਨਾਂ ਦੇ ਬੇਟੇ ਨੇ ਬਾਹਰ ਜਾਣਾ ਸੀ। ਹੁਣ ਤੁਸੀਂ ਮੰਨਦੇ ਹੋ ਵੀ ਅਸੀਂ ਇਹਨਾਂ ਨਾਲ ਫਰਾਡ ਕੀਤਾ? ਹਾਂ ਸਰ ਮੰਨਦੇ ਹਾਂ ਫਰਾਡ ਕੀਤਾ। ਕਿਉਂ ਕੀਤਾ? ਦੇਖੋ ਜੀ ਹੁਣ ਇਹ ਆਪਦੀ ਥਾਂ ਤੇ ਸਹੀ ਹੈ। ਨਹੀਂ ਤੁਸੀਂ ਮੰਨਦੇ ਹੋ ਫਰਾਡ ਕੀਤਾ, ਕਿਉਂ ਕੀਤਾ ਸਾਨੂੰ ਇਹ ਤਾਂ ਦੱਸੋ। ਹੁਣ ਜੇ ਤਾਂ ਜੋ ਬੇਟੀ ਕੋਲੇ ਆ ਅਸੀਂ ਉਹਨੂੰ ਮੰਨਦੇ ਆ ਸੱਚ ਹੈ, ਇਹ ਕਹਿੰਦੇ ਵੀ ਅਸੀਂ ਉਹਨੂੰ, ਉਹ ਕਹਿੰਦੇ ਕੁੜੀ ਤਾਂ ਪੀਆਰ ਹੈ ਨਹੀਂ ਸੀ। ਸਰ ਪਤਾ ਨਹੀਂ ਮੈਂ ਤੁਹਾਨੂੰ ਦੱਸਾਂ, ਉਹ ਤਾਂ ਸਾਡੇ ਵੀਜ਼ੇ ਹੀ ਦੋ ਤਿੰਨ ਬਣਾਈ ਫਿਰਦੇ, ਇੱਕ ਵੀਜ਼ਾ ਨਹੀਂ ਲਈ ਫਿਰਦੇ ਦੋ ਤਿੰਨ ਵੀਜ਼ੇ ਲਈ ਫਿਰਦੇ।